अकाल चैनल नू सब्सक्राइब करो, नवी वीडियोस दी नोटिफिकेशन दे ले, बेल आइकन नू क्लिक करना ना भूलना। कि सिस्टम दे विचो इना दबे हुए सी भावें कि उन्हां को ओ ऐसे प्राइम मिनिस्टर सी, पर फिर भी उन्होंने कभी ये वाली गल नहीं की। भी प्राइम मिनिस्टर भी अपनी अपनी आवाज नहीं उठा सकया। बड़ा अपना दुखदाई बयान कह सकते हैं, एक तो हासोहीना भी कह सकते हैं। डॉक्टर मनमोहन सिंह वर्गा ईमानदार और दिलदार आदमी भी अपनी सच्ची गल कहन तो 35 साल लग गए। एडा वड्डा बंदा जे इन्ने इन्ने दहाके दबिया रहा, लगभग अद्धी सदी दबिया रहा। जो ही दिल्ली दे वेचो जांदे होंगे ते किस किस तरीके का जो माहौल उन्होंने वेचो होगा। न्यूज़ पॉइंट प्रोग्राम की शुरुआत आप करनी है साबका प्रधानमंत्री सरदार मनमोहन सिंह होना दे देते हुए बयान तो। उन्होंने एक वड्डा बयान जिहड़ा सामने आया है इंदर कुमार गुजराल की, जिहड़ी कही कि उन्होंने 100वां जन्मदिन मनाया गया सी, ते उस आप कही कॉन्फ्रेंस दे विच जां उस मजलसे दे विच उत्थे उन्होंने एक वड्डा बयान आया कि जदों सिख कतलेआम हो रहा सी ते उदों इंदर कुमार गुजराल ने जिहड़ा है उदों उन्होंने कहा सी कि हुणे फौज बुला लई जावे, पर नरसिम्हा राव ने जिहड़ी है फौज नहीं बुलाई। अवतार सिंह जी, तुसीं किस तरीके नाल लैंदे हैगे इन्हां दे बयान नूं? ਇਹ ਬੜਾ ਆਪਾਂ ਦੁਖਦਾਈ ਬਿਆਨ ਕਹਿ ਸਕਦੇ ਹਾਂ ਇੱਕ ਤਾਂ, ਅਤੇ ਹਾਸੋਹੀਣਾ ਵੀ ਕਹਿ ਸਕਦੇ ਹੈਗੇ ਹਾਂ। ਅਤੇ ਇਸ ਇਹ ਜਿਹੜਾ ਬਿਆਨ ਹੈਗਾ ਇਹ ਸਮੁੱਚੇ ਭਾਰਤੀ ਡੈਮੋਕ੍ਰੇਸੀ ਦੀ ਸਟੇਟ ਆਫ ਅਫੇਅਰਸ ਨੂੰ ਰਿਫਲੈਕਟ ਕਰਦਾ ਜੀ, ਵੀ ਕਿਸ ਤਰ੍ਹਾਂ ਦਾ ਸਿਸਟਮ ਉੱਥੇ ਚੱਲ ਰਿਹਾ ਹੋਇਆ। ਇੱਕ ਡਾਕਟਰ ਮਨਮੋਹਨ ਸਿੰਘ ਵਰਗਾ ਪੜ੍ਹਿਆ ਲਿਖਿਆ ਬੰਦਾ ਜਿਹੜਾ ਇੰਨਾ ਸੈਂਸਿਟਿਵ ਔਰ ਇੰਨਾ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਵੀ ਵੱਡੇ ਕਦ ਦਾ ਮਾਲਕ ਹੈਗਾ, ਹੈ ਜੀ, ਅੱਜ 35 ਸਾਲਾਂ ਤੋਂ ਬਾਅਦ ਸੱਚ ਬਿਆਨ ਕਰ ਰਿਹਾ, ਜਿਹੜਾ 2 ਵਾਰੀ ਬੰਦਾ ਪ੍ਰਧਾਨ ਮੰਤਰੀ ਰਿਹਾ ਹੋਵੇ ਔਰ ਉਹਦੇ ਅੰਦਰੋਂ ਸੱਚ ਨਾ ਨਿਕਲਿਆ ਹੋਵੇ, ਔਰ ਉਹਨੇ 10 ਸਾਲਾਂ ਦੇ ਟਰਮ ਦੌਰਾਨ ਆਪਣੇ ਅੰਦਰ ਜਿਹੜਾ ਉਹ ਦਰਦ ਲੈ ਕੇ ਬੈਠਾ ਸੀ ਜਿਹੜਾ ਅੱਜ ਨਿਕਲਿਆ ਬਾਹਰ, ਜੀ ਜੀ, ਵੀ ਉਸ ਦਰਦ ਨੂੰ ਘਟਾਉਣ ਦਾ ਕੋਈ ਯਤਨ ਨਾ ਕਰਿਆ ਹੋਵੇ ਸਿੱਖਾਂ ਦੇ ਨੂੰ, ਤੇ ਅੱਜ 100ਵੀਂ ਬਰਸੀ ਤੇ ਆ ਕੇ ਇੰਦਰ ਕੁਮਾਰ ਗੁਜਰਾਲ ਦੀ ਤੇ ਉਹ ਇਹ ਬਿਆਨ ਦੇ ਰਿਹਾ ਵੀ ਇੰਦਰ ਕੁਮਾਰ ਗੁਜਰਾਲ ਨਰਸਿਮ੍ਹਾ ਰਾਓ ਨੂੰ ਮਿਲਿਆ ਸੀ, ਹੈ ਨਾ ਜੀ, ਜਿਹੜੇ ਇੱਕ ਤਾਂ ਉਹਨਾਂ ਦੀ ਆਪਣੀ ਪਰਸਨਲ ਸ਼ਖਸੀਅਤ ਆ ਜਿਹੜੀ ਐਜ਼ ਏ ਪੋਲੀਟੀਸ਼ੀਅਨ ਜੀ ਜੀ ਉਹਦਾ ਸਭ ਤੋਂ ਥੱਲਾ ਲੱਗਦਾ ਹੈਗਾ, ਹੈ ਨਾ, ਵੀ ਉਹਨਾਂ ਵਿੱਚ ਉਹ ਗਟਸ ਨਹੀਂ ਹੈਗੇ ਵੀ ਉਹ ਰਾਈਜ਼ ਕਰ ਸਕਦੇ ਈਵੈਂਟਸ ਦੀ, ਹੈ ਨਾ, ਅਤੇ ਦੂਜਾ ਇਹ ਹੈਗਾ ਵੀ ਭਾਰਤ ਦਾ ਡੈਮੋਕ੍ਰੈਟਿਕ ਸਿਸਟਮ ਦਾ ਸਟੇਟ ਆਫ ਅਫੇਅਰਸ ਤੁਸੀਂ ਦੇਖੋ ਵੀ ਇੰਨਾ ਮਜ਼ਬੂਤ ਹੋ ਚੁੱਕਿਆ ਵੀ ਡਾਕਟਰ ਮਨਮੋਹਨ ਸਿੰਘ ਵਰਗਾ ਇਮਾਨਦਾਰ ਔਰ ਦਿਲਦਾਰ ਆਦਮੀ ਵੀ ਆਪਣੀ ਸੱਚੀ ਗੱਲ ਕਹਿਣ ਤੋਂ 35 ਸਾਲ ਲੱਗ ਗਏ ਉਹਨੂੰ। ਮਤਲਬ ਆਪਾਂ ਕਹੀਏ ਕਿ ਸਿਸਟਮ ਦੇ ਵਿੱਚ ਉਹ ਇੰਨਾ ਦੱਬੇ ਹੋਏ ਸੀ ਭਾਵੇਂ ਕਿ ਉਹਨਾਂ ਕੋਲ ਉਹ ਐਜ਼ ਏ ਪ੍ਰਾਈਮ ਮਿਨਿਸਟਰ ਸੀ, ਪਰ ਫਿਰ ਵੀ ਉਹਨਾਂ ਨੇ ਕਦੀ ਇਹ ਵਾਲੀ ਗੱਲ ਨਹੀਂ ਕੀਤੀ। ਬਿਲਕੁਲ ਬਿਲਕੁਲ, ਵੀ ਸਿਸਟਮ ਨੇ ਇੰਨਾ ਦਬਾਅ ਰੱਖਿਆ ਸੀ, ਈਵਨ ਪ੍ਰਾਈਮ ਮਿਨਿਸਟਰ ਨੂੰ ਵੀ ਸਿਸਟਮ ਨੇ ਇੰਨਾ ਦਬਾਅ ਰੱਖਿਆ, ਸਹੀ ਗੱਲ ਹੈ, ਵੀ ਪ੍ਰਾਈਮ ਮਿਨਿਸਟਰ ਵੀ ਆਪਣੀ ਆਪਣੀ ਆਵਾਜ਼ ਨਹੀਂ ਉਠਾ ਸਕਿਆ 10 ਸਾਲ ਜਿਹੜਾ। ਤੇ ਕਿਹੜੀ ਆਪਾਂ ਡੈਮੋਕ੍ਰੇਸੀ ਦੀ ਗੱਲ ਕਰਦੇ ਹਾਂ, ਕਿਹੜੀ ਆਪਾਂ ਕਹੀਏ ਕਿ ਜਦੋਂ ਆਪਾਂ ਫਰੀਡਮ ਆਫ ਸਪੀਚ ਦੀ ਗੱਲ ਕਰਦੇ ਹਾਂ, ਜਿੱਥੇ ਪ੍ਰਾਈਮ ਮਿਨਿਸਟਰ ਕੋਲ ਫਰੀਡਮ ਆਫ ਸਪੀਚ ਨਹੀਂ ਸੀ ਹੈਗੀ, ਵੀ ਫਰੀਡਮ ਆਫ ਸਪੀਚ ਤੇ ਅੱਜ 35 ਸਾਲਾਂ ਬਾਅਦ ਪਹਿਲੀ ਵਾਰ ਡਾਕਟਰ ਮਨਮੋਹਨ ਸਿੰਘ 1984 ਬਾਰੇ ਕੁਛ ਬੋਲੇ ਆ। ਇੱਕ ਜਸਟ ਇੱਕ ਪਾਰਲੀਮੈਂਟ ਵਿੱਚ ਇੱਕ ਵਾਰੀ ਉਹਨਾਂ ਨੇ ਮਾਫੀ ਮੰਗੀ ਸੀ, ਉਹ ਤੋਂ ਬਾਅਦ ਕਦੀ ਵੀ ਉਹ ਜ਼ਿੰਦਗੀ 'ਚ ਉਹਨਾਂ ਨੇ 1984 ਦੇ ਕਤਲੇਆਮ ਬਾਰੇ ਇੱਕ ਵੀ ਸ਼ਬਦ ਨਹੀਂ ਬੋਲਿਆ। ਔਰ ਆਮ ਤੌਰ 'ਤੇ ਸਿੱਖ ਹਲਕਿਆਂ ਵਿੱਚ ਕਿਹਾ ਜਾਂਦਾ ਵੀ ਉਹ ਕਾਂਗਰਸ ਪਾਰਟੀ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਆ, ਬਹੁਤ ਸੋਬਰ ਆ, ਪਰ ਅੱਜ ਜੇ ਬੋਲੇ ਆ ਸਵਾਗਤ ਕਰਨਾ ਬਣਦਾ। ਪਰ ਦੁੱਖ ਇਸ ਗੱਲ ਦਾ ਹੈਗਾ ਵੀ ਇੰਨਾ ਲੰਬਾ ਸਮਾਂ ਉਹ ਚੁੱਪ ਕਿਉਂ ਰਹੇ, ਇਸ ਇਸ ਇੱਕ ਦੁੱਖ ਦਾ ਜ਼ਖਮ ਉਹ 35 ਸਾਲ ਆਪਣੀ ਛਾਤੀ ਵਿੱਚ ਲੈ ਕੇ ਕਿਵੇਂ ਫਿਰਦੇ ਰਹੇ ਆ, ਔਰ ਜਿਹੜੀਆਂ ਰੂਹਾਂ ਉਸ ਕਤਲੇਆਮ ਦੌਰਾਨ ਜ਼ਿੰਦਗੀ ਤੋਂ ਵਾਂਝੀਆਂ ਹੋ ਗਈਆਂ ਉਹਨਾਂ ਦੀਆਂ ਰੂਹਾਂ ਨੇ ਕਦੀ ਡਾਕਟਰ ਮਨਮੋਹਨ ਸਿੰਘ ਦੀ ਮਾਨਸਿਕਤਾ ਨੂੰ ਟੁੰਬਿਆ ਵੀ ਸੀ ਕਿ ਨਹੀਂ, ਜਾਣੀ ਇਹ ਬਹੁਤ ਦੁਖਦਾਈ ਆ। ਅਸੀਂ ਫਿਰ ਵੀ ਸਵਾਗਤ ਕਰਦੇ ਹਾਂ ਜੀ, ਉਹ ਬੋਲੇ ਹੈਗੇ ਔਰ ਉਸ ਦੇ ਵਿੱਚ ਉਹਨਾਂ ਨੇ ਜਿਹੜਾ ਲਫ਼ਜ਼ ਮੈਸੇਕੇਅਰ ਯੂਜ਼ ਕੀਤਾ ਹੈਗਾ ਜਿਹਨੂੰ ਕਿ ਆਪਾਂ ਕਤਲੇਆਮ ਕਹਿ ਦਿੰਦੇ ਜਾਂ ਨਰਸਿੰਹਾਰ ਕਹਿੰਦੇ ਨੇ, ਉਹ ਕੋਈ ਦੰਗੇ ਨਹੀਂ ਸੀ, ਪਹਿਲੀ ਵਾਰ ਇਹ ਆਇਆ, ਇਹ ਪੋਜ਼ਿਟਿਵ ਆਇਆ ਵੀ ਉਹਨਾਂ ਨੇ ਮਸੈਕਰ ਯੂਜ਼ ਕੀਤਾ, ਰਾਇਟਸ ਯੂਜ਼ ਨਹੀਂ ਕੀਤਾ। ਹਰ ਲਗਾਤਾਰ ਭਾਰਤੀ ਮੀਡੀਆ ਤੇ ਪੋਲੀਟੀਸ਼ੀਅਨ ਰਾਇਟਸ ਯੂਜ਼ ਕਰ ਰਹੇ ਨੇ, ਇਟ ਵਾਸ ਨਾਟ ਰਾਇਟਸ, ਉਹ ਮਸੈਕਰ ਸੀਗਾ, ਰੀਅਲੀ ਮਸੈਕਰ ਸੀ, ਔਰ ਇਹ ਗੱਲ ਸੱਚੀ ਉਹਨਾਂ ਦੇ ਮਨ ਚੋਂ ਨਿਕਲੀ ਆ। ਪਰ ਇੰਨੀ ਦੇਰ ਬਾਅਦ ਨਿਕਲੀ ਆ ਵੀ ਇੰਨਾ ਸਿਸਟਮ ਨੇ ਉਹਨਾਂ ਨੂੰ ਦਬਾ ਰੱਖਿਆ ਸੀ ਅਤੇ ਹੁਣ ਬੁੱਢੇ ਬਾਰੇ ਉਹਨਾਂ ਨੂੰ ਇਹ ਸਿੱਖੀ ਦੀ ਯਾਦ ਆਈ ਆ, ਅਤੇ ਉਹਦੇ 'ਚੋਂ ਅਸੀਂ ਸਵਾਗਤ ਵੀ ਕਰਦੇ ਹਾਂ ਅਤੇ ਦੁੱਖ ਵੀ ਮਹਿਸੂਸ ਕਰਦੇ ਹਾਂ ਵੀ ਐਡਾ ਵੱਡਾ ਬੰਦਾ ਜੇ ਇੰਨੇ ਦਹਾਕੇ ਦਬਿਆ ਰਿਹਾ, ਲਗਭਗ ਅੱਧੀ ਸਦੀ ਦਬਿਆ ਰਿਹਾ ਜੀ ਜੀ। ਔਰ ਆਪਾਂ ਕਹੀਏ ਕਿ ਉਹੀ ਦਿੱਲੀ ਦੀਆਂ ਗਲੀਆਂ ਦੇ ਵਿੱਚ ਜਾਂ ਜਦੋਂ ਉਹੀ ਦਿੱਲੀ ਦੇ ਵਿੱਚ ਉਹ ਜਾਂਦੇ ਹੋਣਗੇ ਤੇ ਕਿਸ ਕਿਸ ਤਰੀਕੇ ਦਾ ਜੇ ਮਾਹੌਲ ਉਹਨਾਂ ਦੇ ਵਿੱਚ ਹੋਏਗਾ, ਕਿੱਦਾਂ ਮਤਲਬ ਅੰਦਰ ਉਹ ਗੱਲ ਉਹਨਾਂ ਨੇ ਦੱਬ ਕੇ ਰੱਖੀ ਹੋਏਗੀ। ਬਿਲਕੁਲ, ਤੇ ਇਸ 'ਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੋਣਾ ਦਾ ਉਹਨਾਂ ਦਾ ਵੀ ਬਿਆਨ ਆਇਆ ਹੈਗਾ, ਉਹਨਾਂ ਦੀ ਵੀ ਟਿੱਪਣੀ ਆਈ ਹੈਗੀ, ਅਕਾਲੀ ਦਲ ਦੀ ਵੀ ਟਿੱਪਣੀ ਆਈ ਹੈਗੀ ਆ ਕਿ ਕਿਤੇ ਨਾ ਕਿਤੇ ਇਹ ਰਾਜੀਵ ਗਾਂਧੀ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਤਾਂ ਨਹੀਂ ਹੋ ਰਹੀਆਂ। ਅਵਤਾਰ ਸਿੰਘ ਜੀ, ਉਹਨਾਂ ਦੇ ਇਸ ਬਿਆਨ ਤੇ ਇਸ ਟਿੱਪਣੀ ਨੂੰ ਤੁਸੀਂ ਕਿੱਦਾਂ ਲੈਂਦੇ? ਬਿਲਕੁਲ, ਅਸੀਂ
ਅਕਾਲੀ ਦਲ ਦੇ ਪ੍ਰਧਾਨ ਦੇ ਇਸ ਬਿਆਨ ਦਾ ਸਵਾਗਤ ਕਰਦੇ ਹਾਂ ਔਰ ਅਸੀਂ ਸਮਝਦੇ ਹਾਂ ਵੀ ਬਿਲਕੁਲ ਇਹ ਰਾਈਟ ਡਾਇਰੈਕਸ਼ਨ ਵਿੱਚ ਲਿਆ ਗਿਆ ਬਿਆਨ ਹੈ ਉਹਨਾਂ ਦਾ ਸੁਖਬੀਰ ਸਿੰਘ ਬਾਦਲ ਦਾ ਜੀ ਕਿਉਂਕਿ ਜੇ ਡਾਕਟਰ ਮਨਮੋਹਨ ਸਿੰਘ ਰਾਜਨੀਤੀ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਉਸ ਵੇਲੇ ਦੀ ਰਾਜਨੀਤੀ ਦੀਆਂ ਗੱਲਾਂ ਨੂੰ ਚੰਗੀ ਤਰ੍ਹਾਂ ਸਮਝਦੇ ਹੁੰਦੇ ਤਾਂ ਉਹਨਾਂ ਨੂੰ ਪਤਾ ਹੋਣਾ ਸੀਗਾ ਵੀ 31 ਅਕਤੂਬਰ ਤੋਂ ਬਾਅਦ ਦਿੱਲੀ ਨੂੰ ਰਾਜੀਵ ਗਾਂਧੀ ਅਤੇ ਉਹਨਾਂ ਦਾ ਜਿਹੜਾ ਉਹਨਾਂ ਦੀ ਜੁੰਡਲੀ ਸੀ ਉਹਦੇ ਵਿੱਚ ਅਰਨ ਨਹਿਰੂ, ਅਰਨ ਸਿੰਘ, ਲਲਿਤ ਮਾਕਣ, ਅਰਜਨ ਦਾਸ ਅਤੇ ਉਹ ਜਿਹੜੇ ਉਹਨਾਂ ਦੇ ਨੇੜਲੇ ਸਹਿਯੋਗੀ ਸੀ ਉਹ ਓਪਰੇਟ ਕਰ ਰਹੇ ਸੀ ਜੀ। ਉਹਦੇ ਵਿੱਚ ਗ੍ਰਹਿ ਮੰਤਰੀ ਦਾ ਕੋਈ ਰੋਲ ਨਹੀਂ ਸੀ, ਗ੍ਰਹਿ ਮੰਤਰੀ ਨੌਂ ਦਾ ਹੀ ਗ੍ਰਹਿ ਮੰਤਰੀ ਸੀ, ਰਾਸ਼ਟਰਪਤੀ ਨੌਂ ਦਾ ਹੀ ਰਾਸ਼ਟਰਪਤੀ ਸੀ। ਉਸ ਸਮੁੱਚੇ ਘਟਨਾਕ੍ਰਮ ਨੂੰ ਖਾਸ ਕਰਕੇ ਅਰੁਣ ਨਹਿਰੂ ਅਤੇ ਅਰੁਣ ਸਿੰਘ ਆ ਜਿਹੜੇ ਉਹਨਾਂ ਨੇ ਸਾਰਾ ਓਪਰੇਟ ਕੀਤਾ ਉਹ ਸਿਸਟਮ, ਅਤੇ ਉਹਦੇ 'ਚ ਉਹ ਪ੍ਰਧਾਨ ਮੰਤਰੀ ਆਫਿਸ ਹੀ ਸਾਰੇ ਫੈਸਲੇ ਲੈ ਰਿਹਾ ਸੀ। ਅਤੇ ਇਸ ਕਰਕੇ ਨਰਸਿਮਹਾ ਰਾਓ ਚਾਹੁੰਦਾ ਹੋਇਆ ਵੀ ਫੌਜ ਨਹੀਂ ਬੁਲਾ ਸਕਿਆ। ਹਾਂ, ਸੁਖਬੀਰ ਸਿੰਘ ਬਾਦਲ ਦਾ ਇਹ ਬਿਆਨ ਬਿਲਕੁਲ ਠੀਕ ਹੈ ਵੀ ਪ੍ਰਧਾਨ ਮੰਤਰੀ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਅੱਜ ਵੀ ਰਾਜੀਵ ਗਾਂਧੀ ਅਤੇ ਗਾਂਧੀ ਪਰਿਵਾਰ ਨੂੰ ਬਚਾਉਣ ਦਾ ਯਤਨ ਕਰ ਰਹੇ ਆ ਕਿਉਂਕਿ ਉਹਨਾਂ ਨਾਲ ਗਾਂਧੀ ਪਰਿਵਾਰ ਦੀ ਇੱਕ ਬਹੁਤ ਨੇੜਤਾ ਹੈਗੀ ਆ। ਸੋ ਇਹ ਬਿਲਕੁਲ ਠੀਕ ਗੱਲ ਹੈ, ਜਿੱਥੇ ਡਾਕਟਰ ਮਨਮੋਹਨ ਸਿੰਘ ਸੱਚ ਬੋਲੇ ਆ, ਅਧੂਰਾ ਸੱਚ ਬੋਲੇ ਆ, ਪੂਰਾ ਸੱਚ ਨਹੀਂ ਬੋਲੇ, ਹਲੇ ਵੀ ਉਹਨਾਂ ਨੂੰ ਬੋਲਣਾ ਚਾਹੀਦਾ। ਰਾਜੀਵ ਗਾਂਧੀ ਦੇ ਖਿਲਾਫ ਉਹਨਾਂ ਦਾ ਜਿਹੜਾ ਇੱਕ ਬਹੁਤ ਨੇੜਲਾ ਗਰੁੱਪ ਬਣਿਆ ਹੋਇਆ ਸੀ ਜਿਨ੍ਹਾਂ ਦੇ ਆਪਾਂ ਨਾਂ ਲਾਏ ਉਹਨਾਂ ਦੇ ਖਿਲਾਫ, ਅਤੇ ਤਾਂ ਕਿ ਜਿਹੜਾ ਸੱਚ ਹੈ ਘੱਟੋ ਘੱਟ ਸਾਹਮਣੇ ਤਾਂ ਆਵੇ, ਟਰੁੱਥ ਐਂਡ ਰੀਕੌਂਸੀਲੀਏਸ਼ਨ ਵਾਲੇ ਕਮਿਸ਼ਨ ਵਾਂਗ ਕੁਛ ਨਾ ਕੁਛ ਜਿਹਨਾਂ ਲੋਕਾਂ ਨੂੰ ਉਸ ਕਤਲੇਆਮ ਬਾਰੇ ਕੁਛ ਪਤਾ ਉਹ ਸਾਹਮਣੇ ਤਾਂ ਆਵੇ, ਤਾਂ ਕਿ ਸਿੱਖਾਂ ਦੇ ਹਿਰਦੇ, ਜੇ ਹੁਣ ਆਪਾਂ ਮਾਰੇ ਗਏ ਲੋਕਾਂ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਘੱਟੋ ਘੱਟ ਇਤਿਹਾਸਕ ਤੌਰ 'ਤੇ ਤਾਂ ਸਿੱਖਾਂ ਦੇ ਹਿਰਦੇ ਆ ਜਿਹੜੇ ਉਹ ਕਿਸੇ ਨਾ ਕਿਸੇ ਜਿਹੜੇ ਵਲੂੰਦਰੇ ਹੋਏ ਆ ਉਹ ਠੀਕ ਹੋ ਸਕਣ। ਬਿਲਕੁਲ ਜੀ, ਔਰ ਕਿਤਨਾ ਕਿਤੇ ਜਿਹੜਾ ਹੈ ਡੈਮੋਕ੍ਰੇਸੀ 'ਤੇ ਵੀ ਜਿਹੜਾ ਉਹਨਾਂ ਦਾ ਇਹ ਬਿਆਨ ਹੈ ਸਵਾਲਿਆ ਚਿੰਨ ਆਪਣੇ ਆਪ ਹੀ ਕੁਸ਼ਚਨ ਮਾਰ ਕੇ ਲਾ ਦਿੰਦਾ ਹੈ, ਕਿਉਂਕਿ ਜੇ ਆਪਾਂ ਇਸ ਸਮੇਂ ਦੀ ਗੱਲ ਕਰੀਏ ਕਿ ਡਾਕਟਰ ਮਨਮੋਹਨ ਸਿੰਘ ਹੋਣਾ ਦਾ ਬਿਆਨ ਇੰਨੀ ਦੇਰ ਬਾਅਦ ਆਉਣਾ ਅਤੇ ਬਾਅਦ ਦੇ ਵਿੱਚ ਉਹਨਾਂ ਦਾ, ਜੇ ਆਪਾਂ ਹੁਣ ਉਹਨਾਂ ਦੇ ਪੋਲੀਟੀਕਲ ਕੈਰੀਅਰ ਦੀ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਗਵਾਉਣ ਲਈ ਵੀ ਕੁਛ ਨਹੀਂ ਹੈ। ਕੁਛ ਨਹੀਂ, ਹੁਣ ਕੁਛ ਵੀ ਗਵਾਉਣ ਨਹੀਂ, ਹੁਣ ਮਿਲਣਾ ਇਹ ਤੋਂ ਵੱਧ ਕੁਛ ਨਹੀਂ ਮਿਲਣਾ ਹੈ ਨਾ, ਅਤੇ ਹੁਣ ਜਦੋਂ ਸਾਰਾ ਕੁਛ ਖਤਮ ਹੋ ਚੁੱਕਿਆ, ਹੁਣ ਜਿੱਦਾਂ ਕੌਮ ਦੀ ਯਾਦ ਆਉਣੀ ਆ, ਉਹ ਕਤਲੇਆਮ ਦੇ ਲੋਕਾਂ ਦੀ ਯਾਦ ਆਉਣੀ, ਅਸੀਂ ਸਮਝਦੇ ਹਾਂ ਵੀ ਉਹਨਾਂ ਦਾ ਇੱਕ ਨੈਗੇਟਿਵ ਆਸਪੈਕਟ ਆਫ ਲਾਈਫ ਹੈ ਅਤੇ ਉਹਨਾਂ ਨੇ ਬਹੁਤ ਦੁਖਦਾਈ ਜਿਹੜੇ ਘਟਨਾਕ੍ਰਮ ਸੀ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖੇ, ਜਸਟ ਆਪਣੇ ਪੋਲੀਟੀਕਲ ਪਰਸਨਲ ਕਰੀਅਰ ਨੂੰ ਪਰਸੂ ਕੀਤਾ, ਉਸ ਪਰਸਨਲ ਕਰੀਅਰ ਨੂੰ ਪਰਸੂ ਕਰਨ ਲਈ ਆਪਣੀ ਕੌਮ ਨਾਲ ਕੌਮ ਦੇ ਦਰਦ ਨੂੰ ਉਹ ਦਿਲ 'ਚ ਸਮੋ ਕੇ ਬੈਠੇ ਰਹੇ, ਜਿਹਦੀ ਅਸੀਂ ਨਿਖੇਧੀ ਕਰਦੇ ਹਾਂ, ਪਰ ਸਵਾਗਤ ਇਸ ਗੱਲੋਂ ਕਰਦੇ ਹਾਂ ਵੀ ਘੱਟੋ ਘੱਟ 35 ਸਾਲ ਬਾਅਦ ਉਹਨਾਂ ਨੇ ਬੋਲਣ ਦਾ ਜ਼ਿਕਰ ਕਰਿਆ। ਬਿਲਕੁਲ ਜੀ, ਔਰ ਇਸ ਦੇ ਨਾਲ ਨਾਲ ਆਪਾਂ ਹੁਣ ਆਪਾਂ ਗੱਲਬਾਤ ਕਰਦੇ ਹਾਂ, ਪਾਕਿਸਤਾਨ ਦੇ ਰੇਲ ਮੰਤਰੀ ਦਾ ਇੱਕ ਵੱਡਾ ਬਿਆਨ ਆਇਆ ਹੈਗਾ, ਪੋਲੀਟੀਕਲੀ ਮੋਟੀਵੇਟਡ ਇਹ ਬਿਆਨ ਲੱਗਦਾ ਹੈਗਾ। ਉਸ ਦੇ ਵਿੱਚ ਉਹਨਾਂ ਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਅਤੇ ਬਾਜਵਾ ਜਿਹੜਾ ਕਿ ਉਹਨਾਂ ਦਾ ਫੌਜ ਮੁਖੀ, ਉਹਨਾਂ ਦੇ ਬਾਰੇ ਗੱਲਬਾਤ ਕੀਤੀ ਹੈ। ਅਵਤਾਰ ਸਿੰਘ ਜੀ, ਤੁਸੀਂ ਇਸ ਬਿਆਨ ਨੂੰ ਕਿਸ ਤਰੀਕੇ ਦੇ ਨਾਲ ਲੈਂਦੇ ਹੈਗੇ ਆ ਅਤੇ ਅਸਲ ਦੇ ਵਿੱਚ ਬਿਆਨ ਹੈ ਕੀ ਆ? ਅਸੀਂ ਪਹਿਲਾਂ ਸਿੱਖ ਸੰਗਤਾਂ ਨਾਲ ਉਹ ਬਿਆਨ ਸਾਂਝਾ ਕਰਦੇ ਹਾਂ, ਉਹ ਤੋਂ ਬਾਅਦ ਆਪਣੀ ਟਿੱਪਣੀ ਦੇਵਾਂਗੇ। ਪਾਕਿਸਤਾਨ ਦੇ ਰੇਲ ਮੰਤਰੀ ਨੇ ਇਹ ਆਖਿਆ ਵੀ ਪਾਕਿਸਤਾਨੀ ਫੌਜ ਦੇ ਮੁਖੀ ਮਿਸਟਰ ਬਾਜਵਾ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹ ਕੇ ਭਾਰਤ ਦੇ ਹਿਰਦੇ ਵਿੱਚ ਇਹੋ ਜਿਹਾ ਜ਼ਖਮ ਲਾਇਆ ਵੀ ਜਿਹੜਾ ਸਾਰੀ ਉਮਰ ਉਹਨੂੰ ਯਾਦ ਰਹੂਗਾ, ਅਤੇ ਇਸ ਮਾਮਲੇ 'ਤੇ ਹੁਣ ਸਿੱਖ ਕੌਮ ਵੱਲੋਂ ਅਸੀਂ ਉਸ ਬਿਆਨ ਦੀ ਨਿਖੇਧੀ ਵੀ ਕਰਦੇ ਹਾਂ ਅਤੇ ਬਹੁਤ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਜੀ, ਕਿਉਂਕਿ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਸਾਡੇ ਬਾਬਾ ਨਾਨਕ ਜੀ ਨੇ ਆਪਣੇ ਉਮਰ ਦੇ ਆਖਰੀ ਵਰੇ ਉੱਥੇ ਬਿਤਾਏ ਨੇ, ਸਾਡੇ ਲਈ ਉਹ ਤੋਂ ਵੱਧ ਮੁਕੱਦਸ ਅਸਥਾਨ ਕੋਈ ਵੀ ਨਹੀਂ ਹੋ ਸਕਦਾ। ਸਾਡੇ ਲਈ ਰੂਹਾਨੀ ਤੌਰ 'ਤੇ, ਧਾਰਮਿਕ ਤੌਰ 'ਤੇ ਔਰ ਇਤਿਹਾਸਕ ਤੌਰ 'ਤੇ ਉਹ ਇਹੋ ਜਿਹੀ ਜਗ੍ਹਾ ਹੈਗੀ ਆ ਜਿਹਦੇ ਲਈ ਸਿੱਖ ਆਪਣੀ ਜਾਨ ਵੀ ਵਾਰ ਸਕਦੇ ਆ, ਅਤੇ ਉਹਦੇ ਦਰਸ਼ਨਾਂ ਦੀ ਤਾਂਘ ਸਿੱਖਾਂ ਦੇ ਮਨਾਂ ਵਿੱਚ 70 ਸਾਲ ਤੋਂ ਸੀ। ਉਹ ਉਸ ਦਰਸ਼ਨਾਂ ਲਈ ਸਿੱਖਾਂ ਨੇ ਕਿੰਨਾ ਦਰਦ ਸਹਿਆ ਉਹ ਸਿਰਫ ਸਿੱਖ ਹੀ ਦੱਸ ਸਕਦੇ ਆ ਜੀ। ਪਰ ਜੇ ਅੱਜ ਉਹ ਕਰਤਾਰਪੁਰ ਸਾਹਿਬ ਦਾ ਲਾਂਘਾ ਕੁਛ ਗੁਰੂ ਸਾਹਿਬ ਦੀ ਮਿਹਰ ਸਦਕਾ ਜਾਂ ਦੋਹਾਂ ਸਰਕਾਰਾਂ ਦੇ ਕੁਛ ਉੱਪਰਲੇ ਮੰਤਰੀਆਂ ਦੇ ਮਨ 'ਤੇ ਜਿਹੜੀ ਗੁਰੂ ਸਾਹਿਬ ਨੇ ਮਿਹਰ ਪਾਈ ਆ ਉਹਦੇ ਕਰਕੇ ਖੁੱਲ੍ਹਿਆ, ਤਾਂ ਅਸੀਂ ਸਮਝਦੇ ਹਾਂ ਵੀ ਉਹਨੂੰ ਇਸ ਕਤਲੋ ਗਾਰਤ ਵਾਲੀ ਰਾਜਨੀਤੀ ਦਾ ਹਿੱਸਾ ਨਹੀਂ ਬਣਾਉਣਾ ਚਾਹੀਦਾ। ਇਹੋ ਜਿਹੇ ਲੋਕ ਭਾਰਤ ਦੀ ਰਾਜਨੀਤੀ ਵਿੱਚ ਵੀ ਨੇ ਅਤੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਵੀ ਨੇ, ਜਿਨ੍ਹਾਂ ਦੀ ਖਾਦ ਖੁਰਾਕ ਹੀ ਲੋਕਾਂ ਦਾ ਕਤਲੇਆਮ ਹੈ, ਜੋ ਹਰ ਵੇਲੇ ਇਹੋ ਹੀ ਸੋਚਦੇ ਨੇ ਵੀ ਦੋਹਾਂ ਮੁਲਕਾਂ ਵਿੱਚ ਲੜਾਈ ਝਗੜਾ ਅਤੇ ਕਤਲੇਆਮ ਕਿੱਦਾਂ ਵੱਧਦਾ ਰਹੇ। ਸੋ ਅਸੀਂ ਉਹਨਾਂ ਲੋਕਾਂ ਨੂੰ ਦੋਹਾਂ ਪਾਸਿਆਂ ਦੇ ਨੂੰ ਬੇਨਤੀ ਕਰਦੇ ਹਾਂ ਵੀ ਸਾਨੂੰ ਗੁਰੂ ਸਾਹਿਬ ਦੇ ਦਰਸ਼ਨਾਂ ਦੀ ਮਸੀਂ ਇੱਕ ਤਰ੍ਹਾਂ ਨਾਲ ਮੌਕਾ ਪ੍ਰਾਪਤ ਹੋਇਆ, ਕੋਈ ਵੀ ਧਿਰ ਇਸ ਕਿਸਮ ਦੀ ਘਟੀਆ ਔਰ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਵੀ ਇਹ ਤਾਂ ਡਿੱਗੀ ਹੋਈ ਹੈ, ਮਨੁੱਖਤਾ ਤੋਂ ਡਿੱਗਿਆ ਹੋਇਆ ਬਿਆਨ ਆ ਇਹ, ਮਨੁੱਖੀ ਕਦਰਾਂ ਕੀਮਤਾਂ ਤੋਂ ਡਿੱਗਿਆ ਹੋਇਆ ਬਿਆਨ ਹੈ ਔਰ ਇੱਕ ਹਾਰੀ ਹੋਈ ਮਾਨਸਿਕਤਾ ਦਾ ਬਿਆਨ ਹੈ। ਜਿਹੜੇ ਲੋਕ ਹਾਰ ਜਾਂਦੇ ਆ, ਮਾਨਸਿਕ ਤੌਰ 'ਤੇ ਹਾਰ ਮੰਨ ਲੈਂਦੇ ਆ, ਅਸੀਂ ਸਮਝਦੇ ਹਾਂ ਇਹ ਬਿਆਨ ਉਸ ਹਾਰੀ ਹੋਈ ਮਾਨਸਿਕਤਾ 'ਚੋਂ ਆਇਆ। ਸਾਡੇ ਲਈ ਗੁਰੂ ਸਾਹਿਬ ਦਾ ਸਥਾਨ ਬਹੁਤ ਪਵਿੱਤਰ ਹੈ, ਦੋਹਾਂ ਧਿਰਾਂ ਵੱਲੋਂ ਜਿਹੜੇ ਉਹਨੂੰ ਖੋਲ੍ਹਣ ਦੇ ਯਤਨ ਹੋਏ ਆ ਅਸੀਂ ਉਹਦਾ ਸਵਾਗਤ ਕਰਦੇ ਹਾਂ, ਪਰ ਇਹ ਬੇਨਤੀ ਕਰਦੇ ਹਾਂ
ਵੀ ਜਿਹੜੀਆਂ ਇਸ ਤਰ੍ਹਾਂ ਦੀਆਂ ਕਾਲੀਆਂ ਭੇਡਾਂ ਨੇ, ਜਿਹੜੀ ਇਸ ਕਿਸਮ ਦੀ ਘਟੀਆ ਮਾਨਸਿਕਤਾ ਵਾਲੇ ਲੋਕ ਨੇ, ਜਿਹੜੇ ਲਾਂਘੇ ਨੂੰ ਬੰਦ ਕਰਾਉਣ ਲਈ ਯਤਨਸ਼ੀਲ ਨੇ, ਉਹਨਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਵੀ ਇਸ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰਨ, ਸਿੱਖਾਂ 'ਤੇ ਰਹਿਮ ਕਰਨ, ਸਿੱਖਾਂ ਨੂੰ ਆਪਣੇ ਗੁਰੂਆਂ ਦੇ ਅਸਥਾਨ ਦੇ ਦਰਸ਼ਨ ਕਰਨ ਦੇਣ। ਇਸ ਸੰਦਰਭ ਵਿੱਚ ਅਸੀਂ ਭਾਰਤ ਸਰਕਾਰ ਅਤੇ ਇਮਰਾਨ ਖਾਨ ਸਰਕਾਰ ਦਾ ਖਾਸ ਕਰਕੇ ਧੰਨਵਾਦ ਵੀ ਕਰਦੇ ਹਾਂ ਵੀ ਉਹਨਾਂ ਨੇ ਵੱਡਾ ਜਿਗਰਾ ਕਰਕੇ ਉਸ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੋਲ੍ਹਿਆ। ਪਰ ਜਿਹੜੇ ਲੋਕ ਇੱਕ ਜ਼ਖਮੀ ਕਿਸਮ ਦੀ ਮਾਨਸਿਕਤਾ ਔਰ ਹਾਰੀ ਹੋਈ ਮਾਨਸਿਕਤਾ, ਉਹਦੇ 'ਚ ਆਪਾਂ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਲੈ ਸਕਦੇ ਹਾਂ। ਜੀ ਜੀ ਬਿਲਕੁਲ, ਦੋਨੇ ਪਾਸੇ ਹੀ ਪੋਲੀਟੀਸ਼ੀਅਨ ਨੇ, ਲਗਾਤਾਰ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੀ ਘਟੀਆ ਬਿਆਨਬਾਜ਼ੀ ਕਰ ਰਹੇ ਆ। ਪਰ ਉਹ ਤੋਂ ਵੱਧ ਖਤਰਨਾਕ ਬਿਆਨ ਹੈ ਪਾਕਿਸਤਾਨ ਦੇ ਰੇਲ ਮੰਤਰੀ ਦਾ, ਜਿਹਨੇ ਕਰਤਾਰਪੁਰ ਸਾਹਿਬ ਦੇ ਲਾਂਘੇ ਬਾਰੇ ਇੰਨੇ ਭੱਦੇ ਸ਼ਬਦ ਬੋਲੇ ਆ। ਅਸੀਂ ਇਹਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਬਿਲਕੁਲ ਜੀ, ਅਤੇ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਸੇਜ ਹੈਗਾ, ਸਰਬੱਤ ਦੇ ਭਲੇ ਦਾ ਗੁਰੂ ਸਾਹਿਬ ਦਾ ਮੈਸੇਜ ਹੈਗਾ, ਔਰ ਉਸਨੂੰ ਆਪਾਂ ਕਿਸੇ ਪੋਲੀਟੀਕਲ ਦਾਇਰੇ ਦੇ ਵਿੱਚ ਨਹੀਂ ਲਿਆ ਸਕਦੇ, ਉਸਨੂੰ ਆਪਾਂ ਕਿਤੇ ਇਸ ਤਰ੍ਹਾਂ ਦੀ ਜਿਹੜੀ ਭਾਸ਼ਾ ਹੈਗੀ ਉਹ ਨਹੀਂ ਯੂਜ਼ ਕਰ ਸਕਦੇ। ਔਰ ਸਿੱਖਾਂ ਦੇ ਲਈ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਜਿਹੜਾ ਹੈਗਾ, ਗੁਰਦੁਆਰਾ ਸਾਹਿਬ ਇੱਕ ਪਵਿੱਤਰ ਮੁਕੱਦਸ ਸਥਾਨ ਹੈਗਾ, ਜਿੱਥੇ ਸਿੱਖ ਮੰਗ ਕਰਦੇ ਨੇ ਕਿ ਉੱਥੇ ਜਾ ਕੇ ਦਰਸ਼ਨ ਦੀਦਾਰੇ ਕਰਨ, ਔਰ ਅਸੀਂ ਚਾਹੁੰਦੇ ਹਾਂ ਕਿ ਇਸ 'ਤੇ ਦੋਨਾਂ ਹੀ ਦੇਸ਼ਾਂ ਵੱਲੋਂ ਕੋਈ ਇਸ ਤਰ੍ਹਾਂ ਦੀ ਜਿਹੜੀ ਰਾਜਨੀਤਿਕ ਬਿਆਨ, ਜਿਹੜੇ ਪੋਲੀਟੀਕਲ ਸਟੰਟ ਹੈਗੇ ਆ, ਉਹ ਨਹੀਂ ਕਰਨੇ ਚਾਹੀਦੇ।